ਬਾਦੂ ਬੰਦਰ ਹੋ ਜਾਓ ਬਾਹਰ ਮੈਚ ਕਰ ਲਓ ਬੰਦ ਆ ਮੈਚ ਜਿਹੜਾ ਜਿੰਨੇ ਲਾਈਵ ਦੇਖਣੇ ਨੇ ਆਪਾਂ ਨੇ ਕੱਲੀ ਕੱਲੀ ਕਬੱਡੀ ਦੀ ਗੱਲ ਕਰਨੀ ਹੈ ਪਿੰਡ ਵਾਲੀ ਸਾਈਡ ਝਨੇੜੀ ਦੀ ਟੀਮ ਹੈ ਤੇ ਦੂਸਰੇ ਪਾਸੇ ਚੌਕਿਆਂ ਦੀ ਟੀਮ ਹੈ ਆ ਕੌਣ ਹੈ ਇਹ ਝਨੇੜੀ ਵਾਲਾ ਸਰਦਾਰ ਬਚਨ ਸਿੰਘ ਦਾ ਪੁੱਤਰ ਹੈ ਇਹ ਨੌਜਵਾਨ ਰਿੰਕੂ ਹੈ ਤੇ ਦੂਸਰੇ ਪਾਸੇ ਕਾਕਾ ਓ ਵੇਖੋ ਕਾਕਾ 32 ਇੰਚੀ ਐਲਸੀਡੀਆਂ ਕਿਹਦੇ ਸ਼ਿੰਗਾਰ ਬਣ ਗਈਆਂ ਕਮਰੇ ਦਾ ਸ਼ਿੰਗਾਰ ਬਣ ਗਈਆਂ ਆਓ ਵੇਖੋ ਕਬੱਡੀ ਆਹਾ ਝਨੇੜੀ ਆਇਓ ਉਹ ਚੌਂਕੇ ਵਾਲੇ ਕਾਕੇ ਨੇ ਕੇਬਲ ਵਾਲੇ ਮਿਸਤਰੀ ਨੂੰ ਕਹਿਤਾ ਵੀ ਮੈਂ ਐਲਸੀਡੀ ਆਪਦੇ ਕਮਰੇ ਚ ਲਾਉਣੀ ਹੈ ਤਾਰਾਂ ਜੋੜ ਕੇ ਜਾਈ ਤਾਰਾਂ ਜੋੜ ਕੇ ਜਾਈ ਹੁਣ ਉਹ ਤਾਰਾਂ ਤੁਸੀਂ ਰੋਕਣੀਆਂ ਨੇ ਜੇ ਜੱਫੇ ਲਾਓਗੇ ਤਾਂ ਤੁਸੀਂ ਜਿੱਤੋਗੇ ਜੇ ਜੱਫੇ ਲਾਓਗੇ ਤਾਂ ਤੁਹਾਡੇ ਰੂਮ ਦੇ ਵਿੱਚ ਐਲਸੀਡੀਆਂ ਲੱਗਣਗੀਆਂ ਲਓ ਗੁਰਪ੍ਰੀਤ ਠੀਕਰੀ ਵਾਲੀਆ ਇਸ ਵੇਲੇ ਪਾਉਂਦਾ ਇੱਕ ਕਬੱਡੀ ਚਾਰ ਜਾਫੀ ਦੇਦਣਾ ਵਾਲੇ ਕਾਕਿਆ ਓਏ ਗੋਲਡੀ ਤਾਰ ਜਿੱਤਿਆ ਲੱਗ ਜੂ ਪਤਾ ਤੇ ਇੱਧਰ ਸੂਬਾ ਭੋਟੀਪੁਰੀਆ ਫੈਸਲੇ ਕਰਦਾ ਹੈ ਜਿਹੜਾ ਇਸ ਵੇਲੇ ਚੌਕਿਆਂ ਦੀ ਟੀਮ ਦੇ ਖਾਤੇ ਦੇ ਵਿੱਚ ਜੁੜ ਚੁੱਕੇ ਜਸਵੀਰ ਪ੍ਰਧਾਨ ਜੀ ਜਸਵੀਰ ਪ੍ਰਧਾਨ ਜੀ ਉਹ ਕੰਮ ਜਿਹੜਾ ਤੁਹਾਨੂੰ ਕਿਹਾ ਲਓ ਉਧਰ 24x7 ਦੇ ਜ਼ਰੀਏ ਪੂਰੇ ਵਰਲਡ ਦੇ ਵਿੱਚ ਗੱਲ ਅੱਜ ਚੰਦਰ ਖੁਰਦੇ ਕਬੱਡੀ ਕੱਪ ਦੀ ਹੋ ਰਹੀ ਹੈ ਸਾਡੇ ਕਰਮਚਾਰੀ ਵੀਰਾਂ ਦਾ ਧੰਨਵਾਦ ਲਓ ਖੇਡ ਮੈਦਾਨ ਦੇ ਵਿੱਚ ਪੈਂਦੀ ਕਬੱਡੀ ਤੇ ਸੇਵਕ ਇੱਕ ਪਾਸੇ ਬਲਦਰਾਂ ਵਾਲਾ ਗੁਲਾਬ ਤੇ ਇਹ ਹੈ ਸੇਵਕ ਚੌਂਕਿਆਂ ਵਾਲਾ ਸੇਵਕ ਆਓ ਕਰਦਾ ਹੋਇਆ ਚੱਕੇ ਆਓ ਕਰਦਾ ਹੋਇਆ ਚੱਕੇ ਜਾਮ ਲਓ ਕਾਕਾ ਨੰਗਲੇ ਵਾਲਾ ਹੱਥਲੇ ਪਾਉਂਦਾ ਇੱਕ ਕਬੱਡੀ ਚਾਰ ਜਾਫੀ ਇੱਕ ਪਾਸੇ ਬਾਲੂ ਉਹ ਬਾਲੂ ਉਹ ਐਲਸੀਡੀ ਜਿੱਤਣੀ ਹੈ ਤਾਂ ਜੱਫੇ ਲਾਉਣੇ ਪੈਣਗੇ ਜੇ ਹੇਮਾ ਮਾਲਣੀ ਦੇਖਣੀ ਹੈ ਐਲਸੀਡੀ ਚ ਤਾਂ ਜੱਫੇ ਲਾਉਣੇ ਪੈਣਗੇ ਜੱਫੇ ਲਾਉਣੇ ਪੈਣਗੇ ਨੰਗ ਵਾਲਾ ਪੁਆਇੰਟ ਦਾ ਵਾਧਾ ਕਰਦਾ ਹੈ ਟੀਮ ਦੇ ਲਈ ਅੰਕ ਦਾ ਵਾਧਾ ਕਰ ਗਿਆ ਹਾਂਜੀ ਹਾਂ ਮੈਂ ਵੀ ਜਸਵੀਰ ਸਿੰਘ ਆਓ ਵੇਖੋ ਏ ਰਿੰਕੂ ਤੇ ਸੇਵਕ ਆ ਵੇਖੋ ਮਾਰਦਾ ਤਾ ਧਨੇੜੀ ਵਾਲਾ ਰਿੰਕੂ ਆਓ ਜਾਂਦਾ ਨੰਬਰ ਲੈ ਕੇ ਆਓ ਜਾਂਦਾ ਨੰਬਰ ਲੈ ਕੇ ਅਗਲੀ ਕਬੱਡੀ ਪਾਉਣ ਦੇ ਲਈ ਗੁਰਪ੍ਰੀਤ ਲਾ ਕੇ ਹੱਥਾਂ ਨੂੰ ਕਲੀ ਅੱਗੇ ਵੱਲ ਵੱਧ ਗਿਆ ਧਨੇੜੀ ਵਾਲੇ ਜਿੱਤਿਆ ਉਹ ਤਾਰ ਉਹ ਬਾਲੂ ਪਰ ਇਹ ਹੈ ਕਹਿੰਦੇ ਗੁਰਪ੍ਰੀਤ ਠੀਕਰੀ ਵਾਲੀਆ ਆਓ ਜਾਂਦਾ ਨੰਬਰ ਲੈ ਕੇ ਆਓ ਜਾਂਦਾ ਚੌਕਿਆਂ ਦੀ ਟੀਮ ਦੇ ਲਈ ਨੰਬਰ ਦਾ ਵਾਧਾ ਕਰ ਗਿਆ ਅਗਲੀ ਕਬੱਡੀ ਇਸ ਵੇਲੇ ਖੇਡ ਗਰਾਊਂਡ ਦੇ ਵਿੱਚ ਗੱਭਰੂ ਅੱਗੇ ਵੱਲ ਵਾਧਾ ਹੋਇਆ ਸਾਡੇ ਸੱਤਾ ਸਿੰਘ ਜੀ ਬਹੁਤ ਸਾਰਾ ਮਾਣ ਕਰਦੇ ਨੇ ਪੰਜਾਬੀ ਬੋਲੀ ਦੇ ਵਾਸਤੇ ਤੇ ਆਓ ਵੇਖੋ ਬਲਰਾਂ ਵਾਲਾ ਬਲਰਾਜ ਸਿੰਘ ਜੀ ਸਰਪੰਚ ਸਾਹਿਬ ਦੇ ਭਾਈ ਨੇ ਸੱਤਾ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਪੰਜਾਬੀ ਬੋਲਾਂ ਦੇ ਵਾਸਤੇ ਲਓ ਕਾਕਾ ਕਹਿੰਦੇ ਹੁੰਦੇ ਨੇ ਨਾਲ ਠਰੰਮੇ ਖੇਡੇ ਕਾਕਾ ਕਾਰੀ ਸਾਰੀ ਦਾ ਓਏ ਆ ਕਾਕੇ ਨੂੰ ਵੀ ਨਹੀਂ ਕਿਸੇ ਤੋਂ ਜੱਫਾ ਮਾਰੀ ਦਾ ਆ ਕਾਕੇ ਨੂੰ ਵੀ ਨਹੀਂ ਕਿਸੇ ਤੋਂ ਜੱਫਾ ਮਾਰੀ ਦਾ ਇੰਨਾ ਕਾਕਾ ਹੋ ਜਾਂਦਾ ਚੌਕਿਆਂ ਦੀ ਟੀਮ ਦੇ ਲਈ ਅੰਕ ਜੋੜ ਗਿਆ ਚੌਕਿਆਂ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਗਿਆ ਲਓ ਅਗਲੀ ਕਬੱਡੀ ਕਿਸ ਨੌਜਵਾਨ ਦੇ ਹਿੱਸੇ ਦੇ ਵਿੱਚ ਆਉਣੀ ਹੈ ਰੱਬਾ ਮੇਰਿਆ ਮੈਂ ਤੈਨੂੰ ਇਹੀ ਅਰਜ ਗੁਜ਼ਾਰਾਂ ਉਹ ਸਾਡੇ ਬਾਗਾਂ ਵਿੱਚ ਰੱਖੀ ਮੌਲਾ ਖਿੜੀਆਂ ਬਹਾਰਾਂ ਆ ਕੇ ਮਸਤੀ ਚ ਲੋਕੀ ਨਜ਼ਾਰੇ ਪੂਰੇ ਲੈਣ ਸਾਡੇ ਪਿੰਡਾਂ ਵਿੱਚ ਮੇਲੇ ਲੱਗਦੇ ਹੀ ਰਹਿਣ ਸਾਡੇ ਪਿੰਡਾਂ ਵਿੱਚ ਮੇਲੇ ਸਦਾ ਲੱਗਦੇ ਹੀ ਰਹਿਣ ਆ ਕਬੱਡੀ ਵਾਲੇ ਮੇਲੇ ਸਦਾ ਲੱਗਦੇ ਹੀ ਰਹਿਣ ਲਓ ਅਗਲੀ ਕਬੱਡੀ ਝਨੇੜੀ ਵਾਲੇ ਰਿੰਕੂ ਦੀ ਪੈ ਗਈ ਹੈ ਜਿੰਨੇ ਵੀ ਸਾਡੇ NRI ਭਰਾ ਸਾਡੇ ਕਲੱਬਾਂ ਵਾਲੇ ਲਾਈਵ ਤੱਕਦੇ ਨੇ ਧੰਨਵਾਦ ਲੈ ਸੇਵਕ ਓਏ ਕੋਚ ਗੁਰਪ੍ਰੀਤ ਕਾਕਿਆ ਇਹ ਹੈ ਗੁਰਸੇਵਕ ਕਹਿੰਦੇ 2000 ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਵਾਈ ਪਰ ਸਾਹਮਣੇ ਝਨੇੜੀ ਪਿੰਡ ਦਾ ਰਿੰਕੂ ਆਓ ਜਾਂਦਾ ਹੈ ਪੁਆਇੰਟ ਲੈ ਕੇ ਆਓ ਜਾਂਦਾ ਹੈ ਪੁਆਇੰਟ ਲੈ ਕੇ ਅਗਲੀ ਕਬੱਡੀ ਪਾਉਣ ਦੇ ਲਈ ਗੁਰਪ੍ਰੀਤ ਠੀਕਰੀ ਵਾਲੀਆ ਅੱਗੇ ਵੱਲ ਨੂੰ ਵਾਧਾ ਹੋਇਆ ਠੀਕਰੀ ਵਾਲੀਏ ਗੁਰਪ੍ਰੀਤ ਦੀ ਪੈਂਦੀ ਕਬੱਡੀ
ਤੇ ਚੌਂ ਜਾਫਿਆਂ ਨੂੰ ਰਲ ਕੇ ਚੈਨ ਬਣਾਉਣੀ ਪੈਂਦੀ ਹੈ। ਆਓ ਬਣ ਗਈ ਚੈਨ ਤੇ ਸਾਹਮਣੇ ਇਸ ਵੇਲੇ ਜੀਤਾ ਕੋਸ਼ਿਸ਼ ਕਰਦਾ ਤੇ ਨੰਬਰ ਜਿਹੜਾ ਨੌਜਵਾਨ ਠਿਕਰੀ ਵਾਲੀ ਆ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੁੜ ਚੁੱਕਿਆ ਹੈ। ਦਰਸ਼ਕ ਵੀਰੇ ਮਜਬੂਰੀ ਬਣ ਗਈ, ਇੱਥੇ ਬੰਨੇ ਖੜੇ ਆ, ਉਹਨਾਂ ਕੋਲੇ ਜਾ ਨਹੀਂ ਸਕਦੇ। ਦੁੱਗਣਾ ਸਵਾਦ ਆਵੇ, ਦੁੱਗਣਾ ਸਵਾਦ ਆਵੇ। ਸੋ ਉੱਧਰ ਹਲਕੀ ਜੀ ਸੱਟ ਭੱਜੀ ਹੈ ਇਸ ਖਿਡਾਰੀ ਦੇ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣੇ, ਕੰਮ ਸ਼ਾਇਰਾਂ ਉਸ ਨੂੰ ਗਾਵਣਾ ਜੀ। ਕਾਦਰ ਯਾਰ ਵੇ ਖੁਦਾ ਨੂੰ ਯਾਦ ਰੱਖੀਏ ਜਿਹਨੇ ਅੰਤ ਸਮੇਂ ਕਮਰਿਆ ਬਣਾ ਜੀ। ਡਾਕਟਰ ਸਾਹਿਬ ਜੇ ਕਿਤੇ ਨੇੜੇ ਤੇੜੇ ਹੈਗੇ ਤਾਂ ਜ਼ਰੂਰ ਸੰਪਰਕ ਕਰਨ ਡਾਕਟਰ ਸਾਹਿਬ ਨੂੰ। ਬਾਈ ਜੀ ਗੱਲ ਡਾਇਲੋਗਾਂ ਦੀ ਨਹੀਂ, ਗੱਲ ਲੋਕ ਮੈਚ ਨਾਲ ਜੁੜੇ ਹੋਏ ਨੇ, ਗੱਲ ਕਬੱਡੀ ਦੀ ਹੋ ਰਹੀ ਹੈ, ਕਬੱਡੀ ਦੀ ਹੀ ਕਰਾਂਗੇ, ਉਦੋਂ ਬਾਅਦ ਜੋ ਮਰਜ਼ੀ ਚੱਲ ਜੇ। ਪਰ ਆਓ ਵੇਖੋ ਨੌਜਵਾਨ ਕਹਿੰਦੇ ਗੁਰਸੇਵਕ ਨੂੰ ਟੱਚ ਲਾ ਕੇ ਗੋਲੀ। ਬਾਈ ਜੀ ਡਾਕਟਰ ਸਾਹਿਬ ਜੇ ਕਿਤੇ ਹੈਗੇ ਤਾਂ ਗਰਾਊਂਡ ਦੇ ਵਿੱਚ ਪੁੱਜਣ ਡਾਕਟਰ ਸਾਹਿਬ, ਕਿਉਂਕਿ ਅੱਖ ਤੇ ਸੱਟ ਵੱਜੀ ਆ ਗੁਲਾਬ ਦੇ ਬਲਦਰਿਆਂ ਵਾਲੇ ਦੇ, ਉਹਦੇ ਪੱਟੀ ਕਰਨੀ ਹੈ। ਪਰ ਇੱਧਰਲੇ ਪਾਸੇ ਪੈਂਦੀ ਕਬੱਡੀ ਤੇ ਆਪਾਂ ਤੱਕ ਰਹੇ ਹਾਂ। ਇਹ ਹੈ ਨੌਜਵਾਨ ਕਾਕਾ ਨੰਗਲੇ ਵਾਲਾ ਪੁਆਇੰਟ ਦਾ ਵਾਧਾ ਕਰਦਾ ਹੋਇਆ, ਇੱਕ ਅੰਕ ਹੋਰ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਚੁੱਕਿਆ ਅਗਲੀ ਕਬੱਡੀ ਪਾਉਣ ਦੇ ਲਈ। ਆ ਨੌਜਵਾਨ ਇਸ ਵੇਲੇ ਬਿਲਕੁਲ ਤਿਆਰੀ ਦੇ ਵਿੱਚ, ਐਵੇਂ ਨੀ ਗਰਾਊਂਡਾਂ ਵਿੱਚ ਨਾ ਬੋਲਦਾ, ਤੋੜੇ ਨੇ ਰਿਕਾਰਡੇ ਤਾਂ ਬੋਲਦਾ। ਰਾਜ ਲਹਿੜੀ ਕਰ ਖਾਂਦੇ ਗੱਭਰੂ, ਮਿੱਟੀਆਂ ਚ ਹੱਡ ਰਗੜਾਉਂਦੇ ਗੱਭਰੂ, ਮਿੱਟੀਆਂ ਚ ਹੱਡ ਰਗੜਾਉਂਦੇ ਗੱਭਰੂ, ਮਿੱਟੀਆਂ ਚ ਹੱਡ ਰਗੜਾਏ ਨੇ। ਆ ਕੋਚ ਹੈ ਨਿੱਕਾ ਕੋਚ ਤੇ ਦੂਸਰੇ ਪਾਸੇ ਚਨੇੜੀ ਪਾਲਾ ਰਿੰਕੂ। ਆਓ ਜਾਂਦਾ ਪੁਆਇੰਟ ਲੈ ਕੇ, ਆਓ ਜਾਂਦਾ ਪੁਆਇੰਟ ਲੈ ਕੇ, ਨੰਬਰ ਜਿਹੜਾ ਚਨੇੜੀ ਦੀ ਟੀਮ ਦੇ ਖਾਤੇ ਦੇ ਵਿੱਚ ਜੋੜ ਚੁੱਕਿਆ। ਅਗਲੀ ਕਬੱਡੀ ਗੁਰਪ੍ਰੀਤ ਠਿਕਰੀ ਵਾਲੀ ਆ, ਸੁਤੰਤਰਤਾ ਸੰਗਰਾਮੀ ਸਤਿਕਾਰਯੋਗ ਸੇਵਾ ਸਿੰਘ ਜੀ ਠਿਕਰੀ ਵਾਲ, ਉਹਨਾਂ ਦੇ ਨਗਰ ਦਾ ਹੀ ਖਿਡਾਰੀ ਹੈ। ਸੰਤਰਾਮ ਉਦਾਸੀ ਜੀ ਜ਼ਿਲ੍ਹਾ ਬਰਨਾਲੇ ਦੇ ਹੋਏ ਨੇ, ਰਾਮ ਸਰੂਪ ਅਣਖੀ ਜੀ ਉਹ ਵੀ ਜ਼ਿਲ੍ਹਾ ਬਰਨਾਲੇ ਦੇ ਹੋਏ ਨੇ, ਆਹ ਖਿਡਾਰੀ ਵੀ ਜ਼ਿਲ੍ਹਾ ਬਰਨਾਲੇ ਦਾ ਪੁਆਇੰਟ ਲੈ ਕੇ ਆਪਣੀ ਟੀਮ ਦੇ ਖਾਤੇ ਦੇ ਵਿੱਚ ਆਪਣੇ ਪਾਲੇ ਦੇ ਵਿੱਚ ਪਰਤ ਚੁੱਕਿਆ ਹੈ। ਅਗਲੀ ਕਬੱਡੀ ਇਹ ਹੈ ਨੌਜਵਾਨ ਆਈ ਸੋ ਗੋਲੀ ਅੱਗੇ ਵੱਲ ਵੱਧਦਾ ਹੋਇਆ। ਨਾਲ ਹੀ ਮੈਂ ਬੇਨਤੀ ਕਰਦਾ ਕਿ ਵਾਧੂ ਬੰਦੇ ਉਰਾਂ ਭਰਾ ਰਹਿਣ, ਕਿਉਂਕਿ ਚੱਲਦੇ ਮੈਚ ਦੇ ਵਿੱਚ ਕਿਸੇ ਨੇ ਨਹੀਂ ਆਉਣਾ। ਪਰ ਇੱਧਰਲੇ ਬੰਨੇ ਪੈਂਦੀ ਕਬੱਡੀ ਤੇ 4 ਤਰੀਕ ਦੀ ਰੌਣਕ ਬਲਵੇੜੇ ਦੀ, 5 ਤਰੀਕ ਆ ਜਿਹੜੀ ਉਹ ਲਹਿਰਾ ਮੁਹੱਬਤ ਦੇ ਟੂਰਨਾਮੈਂਟ ਦੀ ਹੈ, ਸਾਡੇ ਭਿੰਦਰ ਜੀ ਦੱਸਦੇ ਨੇ। ਪਰ ਇੱਧਰਲੇ ਪਾਸੇ ਇਹ ਆ ਨੰਗਲੇ ਵਾਲਾ ਕਾਕਾ ਅੱਗੇ ਵੱਲ ਵੱਧਦਾ ਹੋਇਆ। ਕਾਰੀ ਸਾਰੀ ਦੇ ਕਾਕੇ ਨੇ 2 ਪਿੰਡ ਪ੍ਰਸਿੱਧ ਕੀਤੇ ਨੇ, ਇੱਕ ਪਿੰਡ ਉਹਦੇ ਸਹੁਰਿਆਂ ਦਾ, ਇੱਕ ਪਿੰਡ ਉਹਦਾ ਆਪਣਾ, ਇੱਕ ਪਿੰਡ ਸਹੁਰਿਆਂ ਦਾ। ਪਰ ਉਧਰਲੇ ਪਾਸੇ ਆਪਾਂ ਤੱਕਦੇ ਹਾਂ ਵੀ ਪੁਆਇੰਟ ਜਿਹੜਾ ਇਹ ਹੈ ਨੰਗਲੇ ਵਾਲਾ ਕਾਕਾ ਟੈਕਨੀਕਲ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਏ। ਜਸਵੀਰ ਸਿੰਘ ਜੀ ਗਿੱਲ, ਉੱਥੇ ਰਜਿੰਦਰ ਸਿੰਘ ਜੀ ਪ੍ਰਧਾਨ, ਸਰਬਜੀਤ ਸਿੰਘ ਜੀ ਗਿੱਲ, ਸਾਡੇ ਬਾਈ ਪ੍ਰਕਾਸ਼ ਜੀ, ਸੰਦੀਪ ਨਹਿਰਾ ਜੀ। ਹੈਲੋ ਬਾਈ, ਹੈਲੋ ਹੈਲੋ ਹੈਲੋ, ਓ ਯਾਰ ਵਿੱਕੀ, ਆ ਜਿਹੜੇ ਫਾਲਤੂ ਬੈਠੇ ਨੇ ਦਿਸਦਾ ਨੀ ਯਾਰ, ਉਹਨਾਂ ਵਿਚਾਰਿਆਂ ਨੂੰ ਯਾਰ ਬਾਹਰ ਕੱਢ, ਇਹਨਾਂ ਨੂੰ ਯਾਰ ਇਹਨਾਂ ਨੇ ਬਾਹਰ ਕੱਢਦੇ ਯਾਰ, ਜਿਹੜੇ ਫਾਲਤੂ ਬੈਠੇ ਨੇ ਯਾਰ, ਉਹ ਪਿੱਛੇ ਵਾਲੇ ਸੱਚੇ ਨੇ ਦਿਸਦਾ ਨੀ ਹੈਗਾ ਉਹਨਾਂ ਨੂੰ ਯਾਰ। ਨਾਲ ਹੀ ਬਾਈ ਦਾਰੂ ਪੀ ਕੇ ਗਰਾਊਂਡ 'ਚ ਨਾ ਹੋਏ, ਇਹਨਾਂ ਨੂੰ ਪਰਾ ਕੱਢ ਦੇ, ਉਹ ਸੱਚੇ ਨੇ ਦਿਸਦਾ ਨੀ ਹੈਗਾ ਉਹਨਾਂ ਨੂੰ ਯਾਰ। ਹਾਂ, ਜਿਨ੍ਹਾਂ ਦੀ ਭਾਈ ਮਾੜੀ ਮੋਟੀ ਖਾਧੀ ਪੀਤੀ ਹੈ ਉਹ ਗਰਾਊਂਡ 'ਚ ਨਾ ਆਉਣ, ਖਿਡਾਰੀਆਂ ਦੇ ਸੱਟ ਵੱਜਦੀ ਹੈ। ਲਾਓ ਕਾਕਾ ਤੇ ਦੂਸਰੇ ਪਾਸੇ ਗੋਲੀ ਹੈ, ਇੱਕ ਪਾਸੇ ਕਾਕਾ ਤਿੰਨਾਂ ਦਾ ਜੱਫੇ ਲਾਉਂਦਾ ਹੈ ਤੇ ਦੂਸਰੇ ਪਾਸੇ। ਬਿਲਕੁਲ ਜੀ ਬਿਲਕੁਲ ਨੀਟੂ ਜੀ, ਆਪਾਂ ਇਹੀ ਗੱਲ ਕਰ ਰਹੇ ਹਾਂ। ਪਰ ਉਧਰਲੇ ਪਾਸੇ ਕਹਿੰਦੇ ਪੁਆਇੰਟ ਕਾਕਾ ਚੌਕਾਂ ਦੀ ਟੀਮ ਦੇ ਲਈ ਜੋੜ ਗਿਆ। ਅਗਲੀ ਕਬੱਡੀ ਇਹ ਕੌਣ ਹੈ, ਇਹ ਗੁਰਪ੍ਰੀਤ ਠਿਕਰੀ ਵਾਲੀਆ ਅੱਗੇ ਵੱਲ ਵੱਧਦਾ ਹੋਇਆ, ਜ਼ਿਲ੍ਹਾ ਸੰਗਰੂਰ ਚੋਂ ਕਹਿੰਦੇ ਵੰਡ ਕੇ ਬਣਿਆ ਹੋਇਆ ਜ਼ਿਲ੍ਹਾ ਬਰਨਾਲਾ, ਜਿਵੇਂ ਪੰਜਾਬ ਦੇ 2 ਹਿੱਸੇ ਬਣਾਏ, 1 ਨਵੰਬਰ 1966 ਨੂੰ ਇੱਕ ਪੰਜਾਬ ਬਣਿਆ ਤੇ ਦੂਜਾ ਹਰਿਆਣਾ। ਪਰ ਆਹ ਨੌਜਵਾਨ ਜ਼ਿਲ੍ਹਾ ਬਰਨਾਲੇ ਦਾ ਗੁਰਪ੍ਰੀਤ ਠਿਕਰੀ ਵਾਲਾ ਤੇ ਦੂਸਰੇ ਪਾਸੇ ਜ਼ਿਲ੍ਹਾ ਸੰਗਰੂਰ ਵਾਲਾ ਤਾਰ ਚਨੇਰੀ ਵਾਲਾ ਪੁਆਇੰਟ ਜਿਹੜਾ ਰੇਡਰ ਦੇ ਵਾਸਤੇ ਜੁੜਦਾ ਹੋਇਆ। ਠੀਕ ਹੈ ਜੀ ਦਰਸ਼ਕ ਵੀਰੋ,
ਮਜਬੂਰੀ ਵੱਡੀ ਇਹ ਬਣ ਜਾਂਦੀ ਆ ਵੀ ਗਰਾਊਂਡ ਦੇ ਵਿੱਚ ਜਦੋਂ ਮੈਚ ਚੱਲਦਾ ਹੈ ਦਰਸ਼ਕ ਜੱਫਿਆਂ ਨਾਲ ਜੁੜੇ ਨੇ, ਕੌਣ ਕਬੱਡੀ ਪਾਉਂਦਾ, ਕੌਣ ਜੱਫਾ ਲਾਉਂਦਾ, ਸ਼ਹਿਰ ਤੁਹਾਨੂੰ ਬੜੇ ਸੁਣਾਏ, ਬੜੇ ਸੁਣਾਵਾਂਗੇ ਜਿੱਥੇ ਮਿਲਾਂਗੇ। ਪਰ ਇੱਧਰ ਟੈਕਨੀਕਲ ਪੁਆਇੰਟ ਨੀਟੂ ਬ੍ਰੇਟਾ ਜੀ ਫੈਸਲੇ ਕਰਦੇ ਨੇ। ਪਰਮਜੀਤ ਡੋਗਰ ਕਬੱਡੀ ਦੇ ਵਧੀਆ ਕੋਚ ਨੇ, ਵਧੀਆ ਕੋਚ ਨੇ, ਵਧੀਆ ਕੋਚ ਨੇ ਸਾਡੇ ਬਾਈ ਨੀਟੂ ਬ੍ਰੇਟਾ ਜੀ। ਕਿਉਂਕਿ ਪਰਮਜੀਤ ਡੋਗਰ ਵੀ ਹਰਜਿੰਦਰ ਸਰਪੰਚ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ। ਆਹ ਨੌਜਵਾਨ ਕਾਕਾ ਨੰਗਲੇ ਵਾਲਾ ਪਾਉਂਦਾ ਇਹ ਕਬੱਡੀ, ਤੇ ਦੂਸਰੇ ਪਾਸੇ ਆਪਾਂ ਤੱਕਦੇ ਹਾਂ ਬਈ ਨੌਜਵਾਨ ਨੂੰ ਟੱਚ ਲਾ ਕੇ ਕਾਕੇ ਨੂੰ ਪੁਆਇੰਟ। ਕਾਕੇ ਨੇ ਕਾਕੇ ਨੂੰ ਟੱਚ ਕੀਤਾ, ਕਾਕੇ ਨੇ ਕਾਕੇ ਨੂੰ ਟੱਚ ਕੀਤਾ ਤੇ ਪੁਆਇੰਟ ਜਿਹੜਾ ਬਾਈ ਜੀ ਵਾਧੂ ਬੰਦੇ ਪਰ ਹੋ ਜਾ। ਲਾਈਵ ਜਦੋਂ ਚੱਲਦਾ ਆਪਾਂ ਬਾਰੀ ਬਾਰੀ ਗੱਲ ਬੋਲਦੇ ਹਾਂ ਤਾਂ ਸਵਾਦ ਨਹੀਂ ਆਉਂਦਾ, ਸਵਾਦ ਨਹੀਂ ਆਉਂਦਾ। ਕਹਿੰਦੇ ਬੋਤੇ ਵਾਂਗੂ ਬੁੱਲ ਲਮਕਦੇ ਚੜਦੇ ਖਾ ਖਾ ਕੇ, ਉਹ ਚਿਲਮਾ ਵਰਗੀ ਬੂਥੀ ਕਰ ਲਈ ਸੁੱਟੇ ਲਾ ਲਾ ਕੇ। ਆਹ ਵੇਖੋ ਨੌਜਵਾਨ, ਇਹ ਹੈ ਗੁਰਸੇਵਕ ਸਿੰਘ। ਕਹਿੰਦੇ ਖਾਧੀਆਂ ਖੁਰਾਕਾਂ ਸੰਭਾਲਿਆ ਸਰੀਰ ਤੇ ਚੌਕਿਆਂ ਦੀ ਟੀਮ ਦੇ ਖਾਤੇ ਦੇ ਵਿੱਚ ਇੱਕ ਅੰਕ ਦਾ ਹੋਰ ਵਾਧਾ ਕਰ ਚੁੱਕਿਆ। ਅਗਲੀ ਕਬੱਡੀ ਗੁਰਪ੍ਰੀਤ, ਇਸ ਵੇਲੇ ਠੀਕਰੀ ਵਾਲੀਆ ਅੱਗੇ ਬਲ ਵਾਧਾ ਹੋਇਆ। ਗੁਰਪ੍ਰੀਤ ਠੀਕਰੀ ਵਾਲੀਏ ਦੀ ਪੈਂਦੀ ਕਬੱਡੀ ਤੇ ਚਾਰ ਜਾਫੀਆਂ ਦੇ ਵਿੱਚੋਂ ਟੈਕਨੀਕਲ ਪੁਆਇੰਟ ਹੈ ਜਿਹੜਾ ਠੀਕਰੀ ਵਾਲੀ ਆ ਗੁਰਪ੍ਰੀਤ ਚੌਕਿਆਂ ਦੀ ਟੀਮ ਦੇ ਖਾਤੇ ਦੇ ਵਿੱਚ ਜੋੜ ਚੁੱਕਿਆ, ਖਾਤੇ ਦੇ ਵਿੱਚ ਜੋੜ ਚੁੱਕਿਆ। ਕਿਤੇ ਜਾਪ ਗੁਰਬਾਣੀ, ਕਿਤੇ 12 ਗਾਉਣ ਢਾਡੀ, ਕਿਤੇ ਹੋਵੇ ਰੱਸਾ ਕਸੀ, ਕਿਤੇ ਪੈਂਦੀ ਹੋਵੇ ਕਬੱਡੀ, ਲੋਕੀ ਤਾੜੀਆਂ ਵਜਾਉਣ, ਉਹ ਜੱਫੇ ਚੋਪਰਾਂ ਦੇ ਪੈਣ, ਆ ਕਬੱਡੀ ਵਾਲੇ ਮੇਲੇ ਸਦਾ ਲੱਗਦੇ ਹੀ ਰਹਿਣ, ਆ ਕਬੱਡੀ ਵਾਲੇ ਮੇਲੇ ਸਦਾ ਲੱਗਦੇ ਹੀ ਰਹਿਣ। ਲਓ ਖੇਡ ਮੈਦਾਨ ਦੇ ਵਿੱਚ ਆਪਾਂ ਤੱਕ ਬਈ ਕਾਕਾ, ਕਾਕੇ ਨੇ ਮੈਨੂੰ ਲੱਗਦਾ ਬਿੱਲ ਕਟਾਉਣਾ ਐਲਸੀਡੀ ਦਾ, ਐਲਸੀਡੀ ਦਾ। ਲਓ ਚੱਲਦਾ ਮੈਚ ਸਮਾਪਤ ਹੈ। ਚੌਕਿਆਂ ਦੀ ਟੀਮ ਹੈ ਫਸਟ, ਚਨੇੜੀ ਦੀ ਟੀਮ ਸੈਕੰਡ, ਦੋਵੇਂ ਟੀਮਾਂ ਵਧਾਈ ਦੀਆਂ ਪਾਤਰ ਨੇ। ਬੈਸਟ ਜਾਫੀ ਤੇ ਬੈਸਟ ਟ੍ਰੇਡਰ ਕੌਣ ਹੋਵੇਗਾ